ਭਾਰਤੀ ਕਿਸਾਨ ਯੂਨੀਅਨ ਦੁਆਬਾ ਦਾ ਜਥਾ ਲਾਡੋਵਾਲ ਟੋਲ ਪਲਾਜ਼ਾ ਤੋਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਢੇਸੀ ਦੀ ਪ੍ਰਧਾਨਗੀ ਹੇਠ ਰਵਾਨਾ ਹੋਇਆ। ਇਸ ਮੌਕੇ 'ਤੇ ਹਰਜੀਤ ਸਿੰਘ ਢੇਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਕਿਸਾਨਾਂ ਨਾਲ ਹਰ ਵਾਰ ਧੱਕਾ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ, ਜਿਨ੍ਹਾਂ ਦਾ ਪ੍ਰਮੁੱਖ ਮੰਗ ਫਸਲਾਂ 'ਤੇ MSP ਦੇਣਾ, ਉਹਨਾਂ ਨੇ ਕਿਹਾ ਜਲਦ ਤੋਂ ਜਲਦ MSP ਲਾਗੂ ਕੀਤੀ ਜਾਵੇ, ਕਿਸਾਨਾਂ 'ਤੇ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ, ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਹੋਰ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। ਇਸ ਮੌਕੇ 'ਤੇ ਹਰਭਜਨ ਸਿੰਘ ਬਾਜਪਾ ਸੀਨੀਅਰ ਮੀਤ ਪ੍ਰਧਾਨ, ਤਰਲੋਕ ਸਿੰਘ ਢਿੱਲੋਂ ਜ਼ਿਲ੍ਹਾ ਸਕੱਤਰ, ਬਲਵਿੰਦਰ ਸਿੰਘ ਖਹਿਰਾ ਬਲਾਕ ਪ੍ਰਧਾਨ, ਗੋਦਾਵਰ ਸਿੰਘ ਨੰਬਰਦਾਰ, ਰਾਜਾ ਮਠੱਡਾ, ਨਿੱਕੂ ਅਕਲਪਤ, ਦੀਪਾ ਸ਼ੀਰਾ ਸ਼ਿੰਦਾ, ਬਲਦੇਵ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਫਲੋਰ ਤੋਂ ਰਾਜਕੁਮਾਰ ਨਿੰਗਲ ਦੀ ਖਾਸ ਰਿਪੋਰਟ। ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿੰਦਾਬਾਦ, ਬੀਜੇਪੀ ਸਰਕਾਰ ਮੁਰਦਾਬਾਦ, ਭਾਈਵਾਲ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਦੁਆਬਾ ਜਿੰਦਾਬਾਦ, ਸਾਡਾ ਏਕਤਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਮੋਦੀ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਮੈਂ ਹਰਭਜਨ ਸਿੰਘ ਬਾਜਵਾ, ਭਾਰਤੀ ਕਿਸਾਨ ਯੂਨੀਅਨ ਦੁਆਬਾ ਤੋਂ ਫਗਵਾੜਾ ਏਰੀਆ, ਤੇ ਸਾਡੇ ਨਾਲ ਅੱਜ ਜ਼ਿਲ੍ਹਾ ਜਲੰਧਰ ਤੋਂ ਹਰਜੀਤ ਸਿੰਘ ਜੀ ਢੇਸੀ, ਜ਼ਿਲ੍ਹਾ ਪ੍ਰਧਾਨ, ਔਰ ਫਗਵਾੜੇ ਏਰੀਏ ਦੇ ਮੇਰੇ ਵੀਰ ਸਾਰੇ ਇਕੱਠੇ ਹੋ ਕੇ 4 ਤਰੀਕ ਨੂੰ ਇੱਕ ਫਗਵਾੜੇ ਮੀਟਿੰਗ ਹੋਈ। ਸਰਦਾਰ ਮਨਜੀਤ ਸਿੰਘ ਰਾਏ ਨੇ ਕਿਹਾ ਸੀਗਾ ਕਿ ਧਰਨੇ ਦੇ ਵਿੱਚ ਸ਼ਮੂਲੀਅਤ ਕਰੋ ਔਰ ਧਰਨੇ ਨੂੰ ਕਾਮਯਾਬ ਕਰੋ, ਉੱਥੇ ਗੈਦਰਿੰਗ ਵਧਾਓ। ਉਸੇ ਚੀਜ਼ ਨੂੰ ਮੱਤੇ ਨਜ਼ਰ ਰੱਖਦੇ ਹੋਇਆ ਅੱਜ ਇੱਕ ਵੱਡਾ ਜਥਾ ਜਾ ਰਿਹਾ, ਸਾਰੇ ਵੀਰ ਇਕੱਠੇ ਹੋ ਕੇ ਜਾ ਰਹੇ ਨੇ ਫਗਵਾੜੇ ਤੋਂ, ਗਰਾਇਆਂ ਤੋਂ, ਫਲੌਰ ਤੋਂ। ਜਿਹੜੀ ਸਰਕਾਰ ਨੂੰ ਇਹ ਸਰਕਾਰ ਕਹਿੰਦੀ ਹੈ ਕਿ ਥੋੜ੍ਹੇ ਲੋਕ ਨੇ, ਥੋੜ੍ਹੇ ਨਹੀਂ, ਲੜਨ ਵਾਲੇ ਥੋੜ੍ਹੇ ਹੀ ਹੁੰਦੇ ਨੇ। ਜਿਹੜੀਆਂ ਡਾਰਾਂ ਹੁੰਦੀਆਂ ਉਹ ਭੇਡਾਂ ਬੱਕਰੀਆਂ ਦੀਆਂ ਹੁੰਦੀਆਂ, ਸ਼ੇਰਾਂ ਦੀਆਂ ਡਾਰਾਂ ਨਹੀਂ ਹੁੰਦੀਆਂ, ਥੋੜ੍ਹੇ ਹੁੰਦੇ ਨੇ ਲੜਨ ਵਾਲੇ। ਬੀਜੇਪੀ ਸਰਕਾਰ ਦਾ ਪਿੰਡਾਂ 'ਚ ਪੂਰਾ ਵੜਨਾ ਬੰਦ ਕਰ ਦਿਓ, ਜੇ ਆਉਂਦੇ ਨੇ ਤਾਂ ਉਹਨਾਂ ਨਾਲ ਘੱਟੋ ਘੱਟ ਸਵਾਲ ਜਵਾਬ ਜ਼ਰੂਰ ਕਰੋ। ਹਾਂਜੀ।
ਦੇਖੋ ਜੀ, ਜਦੋਂ ਦੀ ਦੁਨੀਆ ਬਣੀ ਹੈ ਕਦੀ ਵੀ ਇੱਕ ਪਾਸਾ ਹੌਲਾ ਭਾਰਾ ਚੱਲਦਾ ਰਿਹਾ, ਜੇ ਦਿਨ ਹੈ ਤੇ ਰਾਤ ਨੇ, ਚੰਗੇ ਨੇ ਤੇ ਮਾੜੇ ਨੇ। ਇਹ ਪਰਮਾਤਮਾ ਨੇ ਬਣਾਇਆ ਸੀ, ਇਹਨੂੰ ਠੀਕ ਨਹੀਂ ਕਰ ਸਕਦੇ, ਪਰ ਪਰਮਾਤਮਾ ਉਹਨਾਂ ਨੂੰ ਵੀ ਬਖਸ਼ਿਸ਼ ਕਰੇ, ਉਹਨਾਂ ਨੂੰ ਸਮੱਤ ਬਖਸ਼ੇ ਕਿ ਜੇ ਪੰਜਾਬ ਦੇ ਹਿੱਤਾਂ ਲਈ ਉਹ ਦੁੱਖ ਰੱਖਦੇ ਨੇ ਤੇ ਇਕੱਠੇ ਹੋ ਕੇ ਜਾਣ। ਇਹ ਨਹੀਂ ਕਿ ਪਹਿਲਾਂ ਕੌਣ ਚੱਲ ਗਿਆ, ਪਿੱਛੋਂ ਕੌਣ ਚੱਲ ਗਿਆ, ਇਸ ਚੀਜ਼ ਨੂੰ ਨਾ ਰੱਖਣ ਦੀ ਪੂਰੀ ਤਰ੍ਹਾਂ ਬਾਈਕਾਟ ਕੀਤਾ ਜਾਊਗਾ। ਬਿਲਕੁਲ ਜੀ, ਜਿੱਦਾਂ ਜਥੇਬੰਦੀਆਂ ਦਾ ਸੀਨੀਅਰ ਲੀਡਰਾਂ ਦਾ ਸਾਨੂੰ ਹੁਕਮ ਹੋਏਗਾ ਉਦਾਂ ਕੀਤਾ ਜਾਏਗਾ। ਰੋਕਣਾ ਕਿਸੇ ਨੂੰ ਨਹੀਂ, ਝੰਡੀਆਂ ਲੈ ਕੇ ਖੜਾਂਗੇ, ਉਹਨਾਂ ਨਾਲ ਸਵਾਲ ਜਵਾਬ ਕਰਾਂਗੇ, ਟੇਬਲ ਟਾਕ ਕਰਾਂਗੇ, ਕਿਉਂਕਿ ਲੜਨਾ ਝਗੜਨਾ ਕੋਈ ਵੱਡੀ ਗੱਲ ਨਹੀਂ। ਸਾਡੇ ਸਵਾਲਾਂ ਦੇ ਜਵਾਬ ਦੇ ਦੇਣਗੇ ਤੇ ਪਿੰਡਾਂ 'ਚ ਵੜ ਜਾਣਗੇ, ਨਹੀਂ ਤਾਂ ਵਾਪਸ ਚੱਲ ਜਾਣਗੇ। ਦੇਖੋ ਜੀ, ਕੋਈ ਵੀ ਜੰਦ ਜੰਗ ਜਿਹੜਾ ਸ਼ਹੀਦੀਆਂ ਤੋਂ ਬਿਨਾਂ ਜਿੱਤਿਆ ਨਹੀਂ ਜਾਂਦਾ। ਇਹ ਉਹ ਧਾਨਣੇ ਉਹ ਜਿਹੜੇ ਸ਼ਹੀਦ ਹੋਏ ਨੇ, ਅਸੀਂ ਪ੍ਰਣਾਮ ਕਰਦੇ ਹਾਂ ਸਿਰ ਝੁਕਾ ਕੇ, ਜਿਨ੍ਹਾਂ ਨੇ ਪੰਜਾਬ ਲਈ, ਪੰਜਾਬ ਵਾਸੀਆਂ ਲਈ ਆਪਣੀਆਂ ਜਾਨਾਂ ਦਿੱਤੀਆਂ।